ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰੀਨ, ਮੈਂ ਬਹੁਤ ਧੰਨਵਾਦੀ ਹਾਂ ਗੁਰਮਤ ਕਾਲਜ ਦਾ, ਵਿਦਵਾਨਾਂ ਦਾ ਅਤੇ ਆਪ ਜੀ ਦਾ। ਆਪ ਸਾਰੇ ਬਹੁਤ ਭਾਗਾਂ ਵਾਲੇ ਹੋ ਕਿ ਆਪ ਜੀ ਨੇ ਕਲਾਸ ਅਟੈਂਡ ਕੀਤੀ ਹੈ। ਦੁਨੀਆ ਤਾਂ ਬਥੇਰੀ ਫਿਰਦੀ ਹੈ, ਆਲੇ ਦੁਆਲੇ ਲੰਘ ਜਾਂਦੀ ਹੈ ਨੇੜਿਓਂ ਇੱਧਰੋਂ, ਪਰ ਉਹਨਾਂ 'ਤੇ ਮਿਹਰ ਨਹੀਂ ਹੋਈ ਰੱਬ ਦੀ, ਅਤੇ ਸਾਡੇ 'ਤੇ ਰੱਬ ਨੇ ਕਿਰਪਾ ਕੀਤੀ। ਐਕਸਪੀਰੀਅੰਸ ਦੀ ਗੱਲ ਦੱਸਾਂ, ਮੈਂ 2-3 ਹੋ ਗਏ ਸੈਸ਼ਨ ਮੈਂ ਅਟੈਂਡ ਕਰਦਾ, ਕੋਸ਼ਿਸ਼ ਮੇਰੀ ਪੂਰੀ ਰਹਿੰਦੀ ਹੈ ਕਿਉਂਕਿ ਕਲਾਸਾਂ ਵੀ MA ਦੀਆਂ ਹੁੰਦੀਆਂ, ਅਤੇ ਕਈ ਉੱਥੇ ਕਲਾਸ ਹੁੰਦੀ ਤਾਂ ਇੱਥੇ ਆ ਨਹੀਂ ਪਾਉਂਦੇ। ਅਤੇ ਮੇਰੇ ਵਿੱਚ ਬੜਾ ਚੇਂਜ ਆਇਆ ਇਹ ਅਟੈਂਡ ਕਰਕੇ। ਇੱਕ ਤਾਂ ਕੰਮ ਬਥੇਰੇ ਹੁੰਦੇ ਆ, ਟਾਈਮ ਕੱਢਣਾ ਬੜਾ ਔਖਾ ਹੁੰਦਾ ਹੈ, ਅਤੇ ਅਸੀਂ ਟਾਈਮ ਕੱਢਾਂਗੇ, ਜ਼ਰੂਰੀ ਹੈ ਕਿ ਸਾਨੂੰ ਨੁਕਸਾਨ ਵੀ ਹੋਏਗਾ, ਨੁਕਸਾਨ ਵੀ ਹੁੰਦਾ ਹੈ। ਸੈਟਰਡੇ ਸੰਡੇ ਦੇਣਾ ਨੁਕਸਾਨ ਤਾਂ ਹੁੰਦਾ ਹੀ ਆ, ਪਰ ਕਿਉਂਕਿ ਇੱਥੇ ਫਾਇਦਾ ਬੜਾ ਹੁੰਦਾ। ਮੈਂ ਨਿੱਜੀ ਜ਼ਿੰਦਗੀ ਵਿੱਚ ਦੇਖਿਆ, ਜਦੋਂ ਤਾਂ ਮੈਂ ਅਟੈਂਡ ਕਰਿਆ ਅਤੇ ਮੈਂ ਇੱਕ ਆਪਣੇ ਵਿੱਚ ਚੇਂਜ ਲਿਆ ਕਿ ਮੈਂ 10-1 ਕਰਨਾ ਸ਼ੁਰੂ ਕਰ ਦਿੱਤਾ ਰੈਗੂਲਰ। ਫਿਰ ਵੀਰ ਜੀ ਨੇ ਗੱਲ ਕੀਤੀ ਸੀ ਕਿ ਸਿਰਫ ਪੈਸੇ ਦਾ ਹੀ ਦਾਨ ਨਹੀਂ ਹੁੰਦਾ, ਫਿਰ ਮੈਂ ਕਿਹਾ ਚਲੋ ਖੂਨ ਦਾ ਦਾਨ ਕੀਤਾ ਜਾਏ, ਮੈਂ ਖੂਨ ਦਾਨ ਕਰਨਾ ਸ਼ੁਰੂ ਕਰ ਦਿੱਤਾ। ਰੈੱਡ ਕ੍ਰੋਸ ਵਿੱਚ ਜਾ ਕੇ ਮੈਂ ਖੂਨ ਦਾਨ ਕਰ ਦਿੱਤਾ, ਹਰ 3 ਮਹੀਨੇ ਵਿੱਚ ਖੂਨ ਦਾਨ ਕਰੀਦਾ ਆ, ਅਤੇ ਇੱਕ ਵਾਰ ਖੂਨ ਦਊ ਤਾਂ 3-4 ਲੋਕਾਂ ਦਾ ਫਾਇਦਾ ਹੁੰਦਾ, ਉਹਦੇ ਵਿੱਚੋਂ ਪਲੇਟਲੈਟਸ ਅਲੱਗ ਕਰ ਲੈਂਦੇ ਆ, ਖੂਨ ਅਲੱਗ, 3-4 ਲੋਕਾਂ ਦਾ ਭਲਾ ਹੁੰਦਾ। ਅਤੇ ਰੱਬ ਦੀ ਬੜੀ ਮਿਹਰ ਆ ਕਿ ਅਸੀਂ ਖੂਨ ਦੇਣ ਲਾਇਕ ਹੈਗੇ ਹਾਂ ਹੁਣ, ਕਿਉਂਕਿ ਜੇ ਬਿਮਾਰੀ ਲੱਗ ਗਈ ਨਾ ਫਿਰ ਨਹੀਂ ਦੇ ਪਾਉਂਦਾ। ਸ਼ੂਗਰ, BP ਜਿਹੜੇ ਦਵਾਈਆਂ ਖਾਂਦੇ ਨਾ ਰੈਗੂਲਰ, ਉਹ ਖੂਨ ਨਹੀਂ ਦੇ ਸਕਦੇ ਕਿਸੇ ਨੂੰ। ਅਤੇ ਜਿਹੜੇ ਯੰਗ ਬਲੱਡ ਆ ਜਿਹੜਾ ਦੇ ਸਕਦਾ, ਤਾਂ ਮੈਂ ਤਾਂ ਉਹਨਾਂ ਨੂੰ ਇਹੀ ਕਹਾਂਗਾ ਕਿ ਖੂਨ ਦਾਨ ਕਰੋ, ਕਰਨਾ ਚਾਹੀਦਾ ਹੈ। ਗੁਰੂ ਜੀ ਨੇ ਕਿਹਾ ਆ, ਇਹ ਨਹੀਂ ਕਿ ਅਸੀਂ ਸਿਰਫ ਪੜ੍ਹੀ ਜਾਣਾ ਅਤੇ ਅਮਲ ਕਰਨਾ ਹੈ। ਜੋ ਅਸੀਂ ਪੜ੍ਹਿਆ, ਮੈਂ ਉਹੀ ਕਹਿੰਦਾ ਬੱਚਿਆਂ ਨੂੰ, ਮੈਂ ਹੁਣ ਮੈਂ ਸਹਿਜ ਪਾਠ ਵੀ ਸ਼ੁਰੂ ਕਰ ਦਿੱਤਾ, ਸਹਿਜ ਪਾਠ ਦੀ ਗੱਲ ਹੋ ਰਹੀ, ਅਤੇ ਹੁਣ ਮੈਂ ਨਿਯਮ ਨਾਲ 2 ਸਫ਼ੇ ਪੜ੍ਹਨੇ ਹੀ ਪੜ੍ਹਨੇ ਆ। ਰਾਤ ਨੂੰ 12 ਵਜੇ ਪੜ੍ਹੂੰ, ਜੇ ਲੇਟ ਹੋ ਗਿਆ 1 ਵਜੇ ਪੜ੍ਹੂੰ, ਪਰ ਪੜ੍ਹ ਕੇ ਸੋਣਾ। ਦਿੱਲੀ 'ਚ ਨਹੀਂ ਹੋਇਆ ਉਹ ਗੱਲ ਵੱਖਰੀ ਹੈ, ਪਰ ਮੇਰੀ ਕੋਸ਼ਿਸ਼ ਹੁੰਦੀ ਕਿ ਰੈਗੂਲਰ ਪੜ੍ਹੂੰ, ਪੜ੍ਹ ਕੇ ਸੋਚ ਕੇ ਵਿਚਾਰ ਕੇ ਪੂਰੇ ਦਿਨ ਦੇ ਵਿੱਚ ਮੰਥਨ ਕਰੀਦਾ ਕਿ ਹਾਂ ਬਈ ਅੱਜ ਮੈਂ ਕੀ ਭਲਾ ਕੀਤਾ। ਅਤੇ ਟਾਈਮ ਹੋ ਗਿਆ, ਅੱਛਾ ਅਤੇ ਜਿਹੜੇ ਇਹਦੇ ਪ੍ਰਿੰਸੀਪਲ ਹੈਗੇ ਆ, ਥੰਬ ਰੂਲ ਹੈ ਜਿਹਨੂੰ ਕਹਿੰਦੇ ਅਸੀਂ ਸਿੱਖੀ ਦੇ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਇਮਾਨਦਾਰੀ ਨਾਲ ਪੂਰਾ ਕਰੂੰ। ਮੈਂ ਬੱਚਿਆਂ ਨੂੰ ਉਹੀ ਗੱਲ ਕਹਿੰਦਾ ਕਿ ਜੋ ਮੈਂ ਕਰਦਾ, ਮੈਂ ਬੱਚਿਆਂ ਨੂੰ ਆਪਣੇ ਬੱਚੇ ਦੋ, ਮੈਂ ਬਾਣੀ ਕਦੀ ਪੜ੍ਹੀ ਨਹੀਂ ਸੀ, ਮੈਂ ਤਾਂ ਇਹਦੇ ਬਾਅਦ ਆ ਕੇ ਹੀ ਮੈਂ ਪੜ੍ਹਨੀ ਸ਼ੁਰੂ ਕੀਤੀ। ਅਤੇ ਫਿਰ ਮੈਂ ਉਹਨਾਂ ਨੂੰ ਕਹਿੰਦਾ, ਬੱਚੇ ਤੁਸੀਂ ਵੀ ਪੜ੍ਹਿਆ ਕਰੋ। ਕਿ ਮੈਂ ਕਿਉਂ ਕਹਿ ਸਕਦਾ, ਕਿਉਂਕਿ ਮੈਂ ਕਰ ਰਿਹਾ ਨਾ, ਜੇ ਮੈਂ ਪੜ੍ਹੋ ਹੀ ਨਾ ਤਾਂ ਫਿਰ ਮੈਂ ਕਿੱਦਾਂ ਉਹਨਾਂ ਨੂੰ ਕਹਿ ਸਕਦਾ। ਅਤੇ ਬੱਚੇ ਵੀ ਉਹ ਹੀ ਕਰਦੇ ਆ ਜਿਹੜੇ ਦੇਖਦੇ ਆ। ਮੈਂ ਇੱਕ ਐਕਸਰਸਾਈਜ਼ ਕਰਾਊਂਗਾ ਤੁਹਾਨੂੰ, ਸਾਰੇ ਉਂਗਲੀ ਆਪਣੀ ਨਾ ਇੱਦਾਂ ਕਰੋ, ਸਾਰੇ ਕਰੋ, ਸ਼ਰਮਾਓ ਨਾ, ਅਤੇ ਇਹਨੂੰ ਆਪਣੀ ਠੁੱਡੀ 'ਤੇ ਰੱਖ ਲਓ। ਅੱਛਾ, ਹੁਣ ਨੋਟ ਕਰੋ ਕਿ ਠੁੱਡੀ ਕਿੱਥੇ ਆ, ਠੁੱਡੀ ਤਾਂ ਇੱਥੇ ਆ। ਮੈਂ ਜੋ ਤੁਹਾਨੂੰ ਕਿਹਾ ਉਹ ਨਹੀਂ ਕੀਤਾ, ਜੋ ਮੈਂ ਕਰ ਰਿਹਾ ਨਾ ਉਹ ਕਰਦੇ ਆ ਲੋਕ। ਮੈਂ ਤੁਹਾਨੂੰ ਬੜਾ ਕਹੀ ਜਾਊਂ ਕਿ ਹਾਂ ਜੀ ਤੁਸੀਂ ਪੜ੍ਹੋ ਪੜ੍ਹੋ ਪੜ੍ਹੋ, ਪਰ ਮੈਂ ਪੜ੍ਹਦਾ ਨਹੀਂ, ਹੈ ਖੁਦ ਕੁਛ ਕਰਦਾ ਨਹੀਂ। ਤਾਂ ਲੋਕ ਵਾਚ ਉਹੀ ਕਰਦੇ, ਜੋ ਤੁਸੀਂ ਕਹੋਗੇ ਨਾ ਉਹ ਨਹੀਂ ਕਰਨਗੇ, ਜੋ ਤੁਸੀਂ ਕਰੋਗੇ ਨਾ ਉਹ ਕਰਨਗੇ, ਕਿਉਂਕਿ ਹਰ ਆਦਮੀ ਸ਼ੀਸ਼ੇ ਵਿੱਚ ਬੈਠਾ ਆ, ਉਹਨੂੰ ਫੋਲੋ ਕਰਦੀ ਹੈ ਦੁਨੀਆ, ਠੀਕ ਹੈ। ਅਤੇ ਅਸੀਂ ਸਿੱਖ ਬਣਨਾ ਹੈ, ਸੱਚੇ ਸਿੱਖ। ਭਾਅ ਜੀ ਦੀ ਬੜੀ ਲੈਨ ਮੈਨੂੰ ਚੇਤੇ ਆਉਂਦੀ ਬਾਰ ਬਾਰ, ਇਹ ਕਹਿੰਦੇ ਆ ਕਿ ਕੁਆਲਿਟੀ ਕੁਆਂਟਿਟੀ ਵਿੱਚ ਅਸੀਂ ਥੋੜ੍ਹੇ ਹਾਂ, ਲੇਕਿਨ ਆਪਣਾ ਪ੍ਰਯਤਨ ਕਰੀਏ ਕਿ ਅਸੀਂ ਕੁਆਲਿਟੀ ਆਪਣੇ ਵਿੱਚ ਲਾਈਏ, ਤਾਂ ਕਿ ਦੂਰੋਂ ਕੋਈ ਦੇਖੇ ਤਾਂ ਕਹੇ ਹਾਂ ਬਈ ਇਹ ਸਿੱਖ ਦਾ ਬੰਦਾ ਹੈ, ਮਤਲਬ ਗੁਰੂ ਨਾਨਕ ਜੀ ਦਾ ਇਹ ਸਿੱਖ ਆ, ਸਿੱਖ ਇੱਦਾਂ ਦੇ ਹੁੰਦੇ ਆ।
ਤੇ ਇਹਨਾਂ ਸ਼ਬਦਾਂ ਨਾਲ ਫਿਰ ਦੁਬਾਰਾ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।